ਨਗਰ ਨਿਗਮ ਫਗਵਾੜਾ ਵੱਲੋਂ ਸ਼ਹਿਰ 'ਚ ਨਜਾਇਜ਼ ਕਬਜ਼ੇ ਹਟਾਉਣ ਲਈ ਆਰੰਭੀ ਗਈ ਮੁਹਿੰਮ ਨੂੰ ਅੱਗੇ ਤੋਰਦਿਆਂ ਅੱਜ ਬਾਅਦ ਦੁਪਹਿਰ ਨਿਗਮ ਕਰਮਚਾਰੀਆਂ ਦਾ ਅਮਲਾ ਸ਼ਹਿਰ ਦੇ ਬਾਜ਼ਾਰਾਂ ਵਿੱਚ ਪਹੁੰਚਿਆ ਅਤੇ ਦੁਕਾਨਦਾਰਾਂ ਵੱਲੋਂ ਦੁਕਾਨਾਂ ਦੇ ਬਾਹਰ ਨਜਾਇਜ਼ ਤੌਰ 'ਤੇ ਰੱਖਿਆ ਸਮਾਨ ਨੂੰ ਮੌਕੇ 'ਤੇ ਹੀ ਅੰਦਰ ਕਰਵਾਇਆ ਅਤੇ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਗਏ। ਇਸ ਮੌਕੇ ਗੱਲਬਾਤ ਕਰਦਿਆਂ ਨਿਗਮ ਇੰਸਪੈਕਟਰ ਵਿਪਨ ਹਾਂਡਾ ਨੇ ਕਿਹਾ ਕਿ ਮਾਨਯੋਗ ADC ਡਾਕਟਰ ਨਯਨ ਜੱਸਲ ਦੇ ਦਿਸ਼ਾ ਨਿਰਦੇਸ਼ਾਂ 'ਤੇ ਜੋ ਸ਼ਹਿਰ ਵਿੱਚੋਂ ਨਜਾਇਜ਼ ਕਬਜ਼ੇ ਹਟਾਉਣ ਲਈ ਮੁਹਿੰਮ ਆਰੰਭੀ ਗਈ ਹੈ, ਉਸੇ ਲੜੀ ਤਹਿਤ ਅੱਜ ਸ਼ਹਿਰ ਦੇ ਬਾਜ਼ਾਰਾਂ ਦਾ ਦੌਰਾ ਕੀਤਾ ਗਿਆ ਅਤੇ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਅਤੇ ਰੇਹੜੀ ਵਾਲਿਆਂ ਦੇ 30 ਦੇ ਕਰੀਬ ਚਲਾਨ ਕੀਤੇ ਗਏ। ਉਹਨਾਂ ਕਿਹਾ ਕਿ ਇਹ ਮੁਹਿੰਮ ਸ਼ਹਿਰ ਵਿੱਚ ਇਸੇ ਤਰ੍ਹਾਂ ਹੀ ਜਾਰੀ ਰਹੇਗੀ। ਹਾਂਜੀ, ਕੀ ਮਾਮਲਾ ਜਿਹੜਾ ਇਹ ਮਾਮਲਾ ਜੀ, ਦੇਖੋ ਤੁਹਾਨੂੰ ਪਤਾ ਹੈ ਨਗਰ ਨਿਗਮ ਕਮਿਸ਼ਨ ਡਾਕਟਰ ਨਯਨ ਜੱਸਲ ਦੇ ਆਦੇਸ਼ਾਂ ਨਾਲ ਸ਼ਹਿਰ ਦੇ ਵਿੱਚ ਤਹਿਬਗਾਰੀ ਦਾ ਡਰਾਈਵ ਚੱਲ ਰਹੀ ਹੈ। ਅਸੀਂ ਵਾਰ ਵਾਰ ਲੋਕਾਂ ਨੂੰ ਅਪੀਲ ਕਰ ਰਹੇ ਹਾਂ ਕਿ ਆਪਦੀ ਦੁਕਾਨ ਦੇ ਬਾਹਰ ਕੋਈ ਵੀ ਸਮਾਨ ਨਾ ਰੱਖੋ, ਪਰ ਜਿਉਂ ਹੀ ਅਸੀਂ ਸਾਨੂੰ ਪਤਾ ਲੱਗਦਾ ਹੈ ਜਿਸ ਬਾਜ਼ਾਰ 'ਚੋਂ ਅਸੀਂ ਹੋ ਕੇ ਜਾਂਦੇ ਹਾਂ ਉਸ ਅਗਲੇ ਬਾਜ਼ਾਰ 'ਚ ਲੋਕ ਸਮਾਨ ਕਈ ਵਾਰੀ ਬਾਹਰ ਰੱਖ ਲੈਂਦੇ। ਇਸ ਕਰਕੇ ਅਸੀਂ ਇਹ ਡਰਾਈਵ ਰੈਗੂਲਰ ਚਲਾ ਰਹੇ ਹਾਂ। ਅਸੀਂ ਵਾਰ ਵਾਰ ਲੋਕਾਂ ਨੂੰ ਇਹ ਅਪੀਲ ਕਰ ਰਹੇ ਹਾਂ, ਦੁਕਾਨਦਾਰਾਂ ਨੂੰ ਅਪੀਲ ਕਰਦੇ ਹਾਂ, ਨਗਰ ਨਿਗਮ ਕਮਿਸ਼ਨ ਸਰ ਉਲੰਘਣਾ ਕਰਨ ਵਾਲੇ ਕਿੰਨੇ ਚਲਾਨ ਕੀਤੇ ਹਨ? ਆ ਜਿਹੜੇ ਉਲੰਘਣਾ ਕਰਨ ਵਾਲੇ 29 ਚਲਾਨ ਕਰ ਦਿੱਤੇ ਹੁਣ ਤੱਕ। ਅਤੇ ਦੁਕਾਨਦਾਰਾਂ ਨੂੰ ਕੀ ਤੁਸੀਂ ਕਹਿਣਾ ਚਾਹੁੰਦੇ ਹਾਂ? ਦੁਕਾਨਦਾਰਾਂ ਨੂੰ ਅਸੀਂ ਅਪੀਲ ਕਰਨਾ ਇਹੀ ਅਪੀਲ ਕਰਨਾ ਚਾਹੁੰਦੇ ਹਾਂ, ਨਗਰ ਨਿਗਮ ਫਗਵਾੜਾ ਤੁਹਾਡਾ ਆਪਦਾ ਸ਼ਹਿਰ ਹੈ, ਤੁਸੀਂ ਦੇਖੋ ਹੁਣ ਬਾਜ਼ਾਰ ਦੇ ਵਿੱਚ ਤੁਹਾਨੂੰ ਆਮ ਲੰਘਣਾ ਸੌਖਾ ਹੋਇਆ ਹੈ। ਜੇ ਤੁਸੀਂ ਉੱਥੇ ਦੇਖੋ ਬਿਜਲੀ ਬੋਰਡ ਦੇ ਖੰਭਿਆਂ ਦੇ ਥੱਲੇ ਵੀ ਰੇਹੜੀਆਂ ਲੱਗੀਆਂ ਸੀਗੀਆਂ, ਅਸੀਂ ਉਹ ਰੇਹੜੀਆਂ ਵਾਲਿਆਂ ਨੂੰ ਇਹ ਅਪੀਲ ਕੀਤੀ ਵੀ ਤੁਰਦੀ ਫੁਰਦੀ ਰੇਹੜੀ ਜਿੱਥੇ ਮਰਜ਼ੀ ਲਗਾ ਲਓ, ਪਰ ਜੇ ਤੁਸੀਂ ਪੱਕਾ ਸਮਾਨ ਬਾਹਰ ਕਹੋਗੇ ਉਹ ਨਹੀਂ ਰੱਖਿਆ ਜਾਊਗਾ। ਸਰ ਜਿਹੜਾ ਅੱਜ ਮਤਲਬ ਕਿ ਚਲਾਨ ਵਗੈਰਾ ਕੱਟੇ ਗਏ ਜਾਂ ਵਾਰਨ ਦੇ ਕੇ ਛੱਡੇ ਗਏ? ਨਹੀਂ ਨਹੀਂ, ਅੱਜ ਚਲਾਨ ਵੀ ਕੱਟੇ ਗਏ, ਜਿਹੜੇ ਥੋੜ੍ਹਾ ਕੋਈ ਬਾਹਲਾ ਪਿੱਛੇ ਆ ਉਹਨੂੰ ਵਾਰਨ ਕੀਤਾ ਗਿਆ, ਜਿਹੜਾ ਜ਼ਰੂਰਤ ਤੋਂ ਜ਼ਿਆਦਾ ਉਹਨਾਂ ਦੇ ਚਲਾਨ ਕੀਤੇ ਗਏ। ਟੋਟਲ ਚਲਾਨ ਕਿੰਨੇ ਕੱਟੇ ਗਏ? 29 ਚਲਾਨ ਹੋ ਚੁੱਕੇ ਆ ਹੁਣ ਤੱਕ।